ਪਰ ਬਹੁਤ ਜਿਹੜਾ ਆ ਰਿਹਾ ਵਾ ਵੀ ਉਹ ਮਾੜਾ ਜਿਹਾ ਖਿਆਲ ਹੈ ਕੰਮ ਬਾਬਲ ਦੱਸੀ ਯਾਰ। ਯੋ ਵਟਸਅਪ ਪੋਜਿਸ ਕਿਵੇਂ ਹੋ, ਕੀ ਹਾਲ ਚਾਲ? ਆਈ ਨੋ ਮੇਰੇ ਵਾਂਗੂ ਤੁਹਾਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਆ ਕਰਨ ਵਾਲੇ ਬਾਈ ਦੇ ਅਪਕਮਿੰਗ ਟਰੈਕ ਦਾ, ਕਿਉਂਕਿ ਜਦੋਂ ਦਾ 2024 ਸ਼ੁਰੂ ਹੋਇਆ ਨਾ ਆਪਾਂ ਨੂੰ ਕੋਈ ਵੀ ਅਫੀਸ਼ੀਅਲ ਕਰਨ ਵਾਲਾ ਟਾਈਪ ਟਰੈਕ ਸੁਣਨ ਨੂੰ ਨਹੀਂ ਮਿਲਿਆ, ਕਾਫੀ ਸਾਰੇ ਕਲੈਬਰੇਟਿਵ ਟਰੈਕ ਆਪਾਂ ਨੂੰ ਸੁਣਨ ਨੂੰ ਮਿਲੇ, ਬਟ ਕੋਈ ਪ੍ਰੋਪਰ ਸੋਲੋ ਹੈ ਨਾ ਕਰਨ ਵਾਲੇ ਬਾਈ ਦਾ ਟਰੈਕ ਸੁਣਨ ਨੂੰ ਨਹੀਂ ਮਿਲਿਆ। ਸਾਰੀ ਜਨਤਾ ਨੂੰ ਕਾਫੀ ਜ਼ਿਆਦਾ ਇੰਤਜ਼ਾਰ ਆ ਕਿ ਕਰਨ ਵਾਲੇ ਬਾਈ ਨੇ 2-3 ਵਾਰੀ ਲਾਈਵ ਆ ਕੇ ਆਪਾਂ ਨੂੰ ਕਾਫੀ ਚੱਕਤਾ ਸੀ ਕਿ 2024 'ਚ ਗਾਹ ਪਾਉਣਾ, ਬਟ ਕੋਈ ਵੀ ਸੋਲੋ ਟਰੈਕ ਰਿਲੀਜ਼ ਹੀ ਨਹੀਂ ਕੀਤਾ ਜਾ ਰਿਹਾ। ਸੋ ਅੱਜ ਹੀ ਕਰਨ ਵਾਲੇ ਬਾਈ ਵੱਲੋਂ ਇੱਕ ਸਟੋਰੀ ਸ਼ੇਅਰ ਕੀਤੀ ਗਈ ਆ, ਜਿਹਦੇ ਵਿੱਚ ਪਹਿਲੀ ਸਟੋਰੀ 'ਚ ਕਰਨ ਵਾਲਾ ਬਾਈ ਕਹਿ ਰਿਹਾ ਕਰਨ ਵਾਲੇ ਦੇ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ, ਅਤੇ ਦੂਜੀ ਸਟੋਰੀ 'ਚ ਕਿਹਾ ਜਾ ਰਿਹਾ ਜੀ ਰਿਹਾਨ ਰੈਕਸ ਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ। ਸੋ ਇੱਥੇ ਇੱਕ ਚੀਜ਼ ਤਾਂ ਕਲੀਅਰ ਹੋ ਜਾਂਦੀ ਆ ਕਿ ਬਹੁਤ ਹੀ ਛੇਤੀ ਆਪਾਂ ਨੂੰ ਇਹਨਾਂ ਦੋਨਾਂ ਚੈਨਲਾਂ 'ਤੇ ਕੋਈ ਧਮਾਕਾ ਦੇਖਣ ਨੂੰ ਮਿਲਣ ਵਾਲਾ, ਜਿੱਦਾਂ ਲਾਸਟ ਸਾਲ ਆਪਾਂ ਨੂੰ ਕਰਨ ਵਾਲੇ ਬਾਈ ਦੇ ਚੈਨਲ 'ਤੇ ਔਨ ਟੌਪ ਗਾਣੇ ਦੀ ਵੀਡੀਓ ਦੇਖਣ ਨੂੰ ਮਿਲੀ ਸੀ, ਐਂਡ ਉਸੇ ਦਿਨ ਆਪਾਂ ਨੂੰ ਰਿਹਾਨ ਰੈਕਸ ਦੇ ਚੈਨਲ 'ਤੇ WYTB ਗਾਣੇ ਦੀ ਮਿਊਜ਼ਿਕ ਵੀਡੀਓ ਦੇਖਣ ਨੂੰ ਮਿਲੀ ਸੀ। ਸੋ ਲਾਸਟ ਵਾਰ ਦੀ ਤਰ੍ਹਾਂ ਆਈ ਥਿੰਕ ਇਸ ਸਾਲ ਵੀ ਇੱਕੋ ਦਿਨ ਦੋ ਧਮਾਕੇ ਛੱਡੇ ਜਾਣਗੇ, ਜਿੱਦਾਂ ਔਨ ਟੌਪ 2 'ਤੇ WYTB ਗਾਣਾ ਆਇਆ ਸੀ, ਇਸ ਸਾਲ ਵੀ ਕੋਈ ਦੋ ਗਾਣੇ ਛੱਡੇ ਜਾਣਗੇ। ਮੈਨੂੰ ਕਾਫੀ ਹੱਦ ਤੱਕ ਲੱਗ ਰਿਹਾ ਔਨ ਟੌਪ 2 ਜਾਂ ਡੋਂਟ ਲੁੱਕ 2, ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਗਾਣਾ ਜਾਂ ਦੋਨੇ ਹੀ ਗਾਣੇ ਦੇ ਮਿਊਜ਼ਿਕ ਵੀਡੀਓ ਬਣਾ ਕੇ ਪ੍ਰੋਪਰ ਹੈ ਨਾ ਨਵੀਂ ਮਿਕਸਿੰਗ ਕਰਕੇ, ਨਵੇਂ ਟਾਈਪ ਦਾ ਮਿਊਜ਼ਿਕ ਕਰਕੇ, ਥੋੜ੍ਹਾ ਜਿਹਾ ਹੈ ਨਾ ਐਡ ਔਨ ਕਰਕੇ ਚੀਜ਼ਾਂ ਨੂੰ ਇਹਨਾਂ ਗਾਣਿਆਂ ਨੂੰ ਰਿਲੀਜ਼ ਕੀਤਾ ਜਾ ਰਿਹਾ। ਸ਼ਾਇਦ ਇਹ ਹੋ ਸਕਦਾ ਬਾਕੀ ਇਹਨਾਂ ਦੋਨਾਂ 'ਚੋਂ ਸ਼ਾਇਦ ਇੱਕ ਗਾਣਾ ਰਿਲੀਜ਼ ਕੀਤਾ ਜਾਵੇ, ਸ਼ਾਇਦ ਦੋਨੇ ਹੀ ਗਾਣੇ ਰਿਲੀਜ਼ ਨਾ ਕੀਤੇ ਜਾਣ। ਬਿਲਕੁਲ ਕੁਛ ਨਵਾਂ, ਬਿਲਕੁਲ ਕੁਛ ਫਰੈਸ਼ ਗਾਣਾ ਆਪਾਂ ਨੂੰ ਸੁਣਨ ਨੂੰ ਮਿਲੇ ਵਿਦ ਵੀਡੀਓ, ਹੈ ਨਾ। ਕਾਫੀ ਹੱਦ ਤੱਕ ਇਹ ਵੀ ਹੋ ਸਕਦਾ, ਬਾਕੀ ਤੁਹਾਡੇ ਕੀ ਓਪੀਨੀਅਨ, ਤੁਹਾਨੂੰ ਕੀ ਲੱਗਦਾ ਨੈਕਸਟ ਕੀ ਛੱਡਿਆ ਜਾਊਗਾ ਕਰਨ ਵਾਲੇ ਬਾਈ ਵੱਲੋਂ, ਅਤੇ ਕੀ ਛੱਡਣਾ ਚਾਹੀਦਾ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਆਪਾਂ ਕਿਸੇ ਹੋਰ ਵੀਡੀਓ 'ਚ। ਅੱਖਾਂ ਨੇ ਬਰਾਉਣ ਗੱਲਾਂ ਪੁੱਤ ਗੋਰੀ ਨਹੀਂ ਹੋ ਜੂ ਪਹਿਲੀ ਨਾਲ ਪਿਆਰ, ਡੋਂਟ ਲੱਕ ਗੋਰੀ, ਤੇਰਾ ਦਿਲ ਜਾਣਾ ਮੇ ਤੋਂ ਟੁੱਟ ਗੋਰੀਏ ਨਹੀਂ ਹੋ ਜੂ ਪਹਿਲੀ ਨਾਲ ਪਿਆਰ, ਡੋਂਟ ਲੁੱਕ ਗੋਰੀਏ, ਉਹ ਯਾਰਾਂ ਤੋਂ ਰਕਾਨੇ ਨਾ ਮੈਂ ਅੱਟ ਨਹੀਂ ਹੋਣਾ, ਤੇਰੇ ਕੋਲੋਂ ਇਹਨਾਂ ਨਾਲੋਂ ਵੱਧ ਨਹੀਂ ਹੋਣਾ, ਕਰਦਾ ਪਿਆਰ ਚਾਰ ਤਿੰਨ ਨਖਰੋ ਨਹੀਂ ਤਾਂ ਛੱਡ ਦੇਗੀ ਮੇ ਤੋਂ ਛੱਡ ਨਹੀਂ ਹੋਣਾ, ਮੰਗ ਕੇ ਮੇਰੇ ਨਾ ਕੁੜੇ ਮੰਗੀ ਰਹੇਗੀ ਨੀ, ਹੁਣ ਮਾੜਿਆਂ ਤੋਂ ਦੂਰ ਹੋ ਕੇ ਚੰਗੀ ਰਹੇਗੀ, ਜ਼ੁਲਫਾਂ ਮੱਥੇ ਤੇ ਜਮਾ ਸੱਪ ਹੋ ਗਈਆਂ ਨੀ, ਸੱਪ ਕੀਲਦੇ ਰਹੇ ਆ ਅਸੀਂ ਆਪ ਚ ਹੋ ਗਈਆਂ, ਲਿਆ ਜ਼ਖਮ ਹਰੇ ਅੱਲੇ ਰਹਿਣ ਦੇ ਨੀ ਅਸੀਂ ਕੱਲੇ, ਹਰ ਕਾਨੇ ਸਾਨੂੰ ਕੱਲੇ ਰਹਿਣ ਦੇ, ਖੌਰੇ ਕਿਹੜਾ ਲਵੇ ਕਦੋਂ ਟੁੱਕ ਗੋਰੀਏ ਨੀ, ਚੱਲਦੀ ਨਬਜ਼ ਜਾਵੇ ਰੁੱਕ ਗੋਰੀ, ਕੀ ਦੇਣਾ ਕਰੇਗੀ ਦੁੱਖ ਸੁੱਖ ਗੋਰੀਏ ਨੀ ਹੋ ਜੂ ਪਹਿਲੀ ਨਾਲ ਪਿਆਰ, ਡੋਂਟ ਲੁੱਕ ਗੋਰੀਏ, ਛੱਡੀ ਆ ਗਾਣਾ ਯਾਰ, ਆਪਾਂ ਵੀ ਹੈ ਨਾ ਯਾਰ।